ਅ ਸੁਪਰ ਡੁਪਰ ਹਿੱਟ। ਪਹਿਲੇ ਤਾਂ ਬਹੁਤ ਹੀ ਵਧੀਆ ਤੁਹਾਡਾ ਪਰਫੋਰਮੈਂਸ ਰਿਹਾ ਅਤੇ ਬਹੁਤ ਹੀ ਵਧੀਆ ਤੁਹਾਡੇ ਲੁੱਕਸ ਵੀ ਆਏ, ਦਰਸ਼ਕਾਂ ਨੇ ਪੂਰਾ ਇੰਜੋਏ ਕੀਤਾ। ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ? ਐਕਸਪੀਰੀਅੰਸ ਜੀ ਬਹੁਤ ਵਧੀਆ ਰਿਹਾ। ਮੇਰਾ ਅੱਜ ਪਹਿਲਾ ਸ਼ੋਅ ਸੀ ਅਮੈਰੀਕਾ ਦੀ ਧਰਤੀ 'ਤੇ ਅਤੇ ਉਹ ਬਹੁਤ ਵਧੀਆ ਹੋਇਆ। ਆਈ ਐਮ ਸੋ ਗਲੈਡ। ਵਾਹਿਗੁਰੂ ਦਾ ਬਹੁਤ ਬਹੁਤ ਥੈਂਕ ਯੂ, ਸਾਰੀ ਆਡੀਅੰਸ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਸ਼ੋਅ ਨੂੰ। ਐਂਡ ਹੁਣ ਜਿਹੜੀ ਜਿਹੜੀ ਵੀ ਨੈਕਸਟ ਸਿਟੀ ਜਾਊਂਗੀ, ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਮੈਨੂੰ ਮਿਲਣ ਉੱਥੇ ਪਹੁੰਚੋਗੇ। ਅਤੇ ਕਿਹੜੇ ਗਾਣੇ 'ਤੇ ਤੁਹਾਨੂੰ ਬੈਸਟ ਰਿਸਪੋਂਸ ਲੱਗਿਆ ਕਿ ਆਡੀਅੰਸ ਸਭ ਤੋਂ ਜ਼ਿਆਦਾ ਨੱਚੇ? ਮੈਨੂੰ ਲੱਗਦਾ ਸਾਰਿਆਂ 'ਤੇ ਹੀ ਨੱਚਿਆ, ਬਾਕੀ ਤੁਸੀਂ ਵੀਡੀਓ ਚੈੱਕ ਕਰ ਲਿਓ। ਥੈਂਕ ਯੂ। ਚਲੋ, ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਵਾਰੇ, ਸੁਰਮੇ ਤੇ ਕੇਸ ਚੱਲ ਪਏ, ਉਹ ਸੁਰਮੇ ਤੇ ਕੇਸ ਚੱਲ ਪਏ, ਕਹਿੰਦੇ ਅੱਖਾਂ 'ਚ ਨਾ ਪਾਇਆ ਕਰ ਨਾਰੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਐਂਡ ਤੁਸੀਂ ਮੈਨੂੰ ਦੇਖ ਰਹੇ ਹੋ ਯੋ ਇੰਡੀਆ ਟੀਵੀ 'ਤੇ। ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਵਾਰੇ, ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਵਾਰੇ, ਸੁਰਮੇ ਤੇ ਕੇਸ ਚੱਲ ਪਏ। ਅੱਖੀਆਂ ਦਾ ਸੁਰਮਾ 10/10। ਜੀ ਹਾਂ, 10/10 ਪਰਫੋਰਮੈਂਸ ਵਾਲੇ ਸ਼ਿਪਰਾ ਗੋਇਲ ਸਾਡੇ ਵਿਚਕਾਰ ਜੁੜੇ ਹੋਏ ਨੇ ਬੇ ਏਰੀਆ ਦੇ ਵਿੱਚ। ਬਹੁਤ ਬਹੁਤ ਜੀ ਆਇਆ ਤੁਹਾਡਾ ਯੋ ਇੰਡੀਆ ਟੀਵੀ 'ਤੇ ਮੇਰੇ ਨਾਲ ਜਸਲੀਨ ਖਨੂਜਾ ਨਾਲ। ਅਤੇ ਬੇ ਏਰੀਆ ਦੇ ਵਿੱਚ ਆਈ ਥਿੰਕ ਤੁਹਾਡਾ ਪਹਿਲਾ ਐਕਸਪੀਰੀਅੰਸ ਹੈਗਾ, ਅਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ? ਸਭ ਤੋਂ ਪਹਿਲਾਂ ਤਾਂ ਕੈਲੀਫੋਰਨੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਸਲੀਨ ਜੀ, ਥੈਂਕ ਯੂ ਸੋ ਮੱਚ ਕਿ ਅੱਜ ਤੁਸੀਂ ਸਾਨੂੰ ਕੈਲੀਫੋਰਨੀਆ ਦੀ ਆਡੀਅੰਸ ਨਾਲ ਜੋੜ ਰਹੇ ਹੋ ਅਤੇ ਬਹੁਤ ਵਧੀਆ ਲੱਗ ਰਿਹਾ, ਬਿਕੋਜ਼ ਦਿਸ ਇਜ਼ ਮਾਈ ਪਹਿਲੀ ਵਾਰੀ ਮੈਂ ਅਮੈਰੀਕਾ ਆਈ ਹਾਂ ਅਤੇ ਬਹੁਤ ਐਕਸਾਈਟਡ ਹਾਂ। ਐਂਡ ਐਨਰਜੀ ਦੇਖ ਕੇ ਲੋਕਾਂ ਦੀ, ਚਲੋ ਉਹ ਤਾਂ ਪੰਜਾਬੀ ਅਜੇ ਹੁੰਦੀ ਹੋਈ ਆ, ਬਟ ਬਹੁਤ ਵਧੀਆ ਲੱਗ ਰਿਹਾ ਜੀ। ਹਾਂ, ਅਤੇ ਤੁਹਾਡਾ ਇੰਨਾ ਵਧੀਆ ਸ਼ੋਅ ਹੋਣ ਜਾ ਰਿਹਾ, ਚਾਰ ਤੁਹਾਡੇ ਨਾਲ ਟੋਟਲ ਟੀਮ ਹੈ, ਜਿਹੜੇ ਚਾਰ ਸਟਾਰਸ ਹੈਗੇ ਤੁਸੀਂ ਸਾਰੇ ਮਿਲ ਕੇ, ਅਤੇ ਆਰਨੈਟ ਦੇ ਨਾਲ ਤੁਹਾਡਾ ਡੁਏਟ ਵੀ ਆਉਣਾ ਕੱਲ੍ਹ, ਅਤੇ ਥੋੜ੍ਹਾ ਉਹਦੇ ਬਾਰੇ ਜ਼ਿਕਰ ਕਰੋ, ਤੁਹਾਡੇ ਡੁਏਟ ਬਾਰੇ ਵੀ। ਜੀ ਬਿਲਕੁਲ, ਸਾਡੇ ਨਾਲ ਚਾਰ ਆਰਟਿਸਟ ਹੈਗੇ ਸੀ ਸ਼ੋਅ ਦੇ ਵਿੱਚ, ਆਰਨੀਤ ਹੈ, ਜਸ ਬਾਜਵਾ ਜੀ ਨੇ ਅਤੇ ਜੋਬਨ ਸੰਧੂ ਜੀ ਨੇ। ਐਂਡ ਟੂਰ ਕਰਾਇਆ ਜਾ ਰਿਹਾ ਹਾਈਪ ਐਂਟਰਟੇਨਮੈਂਟ ਲੱਕੀ ਗਿੱਲ ਐਂਡ ਲੱਕੀ ਪੂਨੀਆ ਜੀ ਵੱਲੋਂ। ਐਂਡ ਮਤਲਬ ਆਡੀਅੰਸ ਦਾ ਪਿਆਰ ਦੇਖ ਕੇ ਵਧੀਆ ਲੱਗ ਰਿਹਾ, ਕਿਉਂਕਿ ਅਸੀਂ ਪਹਿਲਾਂ ਕਦੇ ਕਿਸੇ ਨੇ ਇਕੱਠੇ ਪਰਫੋਰਮ ਨਹੀਂ ਕੀਤਾ। ਇਨਫੈਕਟ ਮੈਨੂੰ ਲੱਗਦਾ ਕਿ ਫੈਮਿਲੀ ਗਾਣਾ ਨੇਤ ਅਤੇ ਮੈਂ ਆਪਾਂ ਪਹਿਲੀ ਵਾਰੀ ਕਿਸੇ ਟੂਰ 'ਚ ਗਾ ਰਹੇ ਹਾਂ ਇਕੱਠੇ। ਥਿੰਕ ਯੂ ਕੇ ਗਾਇਆ ਸੀ ਇੱਕ ਵਾਰੀ, ਉਹ ਤੋਂ ਪਹਿਲਾਂ ਅਸੀਂ ਕਦੇ ਨਹੀਂ ਪਰਫੋਰਮ ਕੀਤਾ। ਸੋ ਆਪਣਾ ਇਹ ਨਵਾਂ ਗਾਣਾ ਵੀ ਆ ਰਿਹਾ ਦਿਲਾਂ ਦਾ ਕਬਾੜੀਆ, ਅਤੇ ਬਹੁਤ ਸੋਹਣਾ ਗਾਣਾ, ਇਟਸ ਅ ਰੋਮਾਂਟਿਕ ਟਰੈਕ,
ਐਂਡ ਬਸ ਜਿੱਦਾਂ ਹਮੇਸ਼ਾ ਗਾਣੇ ਨੂੰ ਪਿਆਰ ਦਿੰਦੇ ਹੋ ਉਦਾਂ ਹੀ ਪਿਆਰ ਦਿੰਦੇ ਰਹੋ। ਤੇ 뮤직 ਵੀਡੀਓਜ਼ ਤੁਹਾਡੇ ਕਾਫੀ ਵਧੀਆ ਲੱਗ ਰਹੇ ਨੇ, ਕਿੱਥੇ ਕਿੱਥੇ ਸ਼ੂਟਿੰਗ ਕਰ ਚੁੱਕੇ ਹੋ ਤੇ ਅੱਗੇ ਕੀ ਪਲਾਨ ਹੈ? USA ਦੇ ਵਿੱਚ ਵੀ ਸ਼ੂਟਿੰਗ ਕਰੋਗੇ ਕਿਉਂਕਿ ਤੁਹਾਡਾ ਟੂਰ ਜਿਹੜਾ ਹੈਗਾ 9 ਜੁਲਾਈ ਤੱਕ ਇਹ ਚੱਲਣਾ ਹੈ, ਤੇ ਮੇਰੇ ਖਿਆਲ ਕੋਈ ਵੀ ਲੀਡਿੰਗ ਪਲੇਸ ਤੁਸੀਂ ਛੱਡੀ ਨਹੀਂ ਹੈਗੀ, ਤੇ ਹੋਲ USA ਨੂੰ ਤੁਸੀਂ ਐਂਟਰਟੇਨ ਕਰਨਾ ਹੈ ਅਗਲੇ 1-2 ਮਹੀਨਿਆਂ ਦੇ ਵਿੱਚ। ਬਿਲਕੁਲ, 20 ਤਰੀਕ ਨੂੰ ਬੇ ਏਰੀਆ, 21 ਨੂੰ ਆਪਾਂ ਪਰਫਾਰਮ ਕਰ ਰਹੇ ਹਾਂ ਮੈਰੀਲੈਂਡ, ਪਤਾ ਨਹੀਂ ਇੱਕ ਤਾਂ ਨਾਂ ਲੈਣੇ ਮੈਰੀਲੈਂਡ ਨਾਂ ਲੈਣੇ ਬਹੁਤ ਔਖੇ ਲੱਗਦੇ ਆ ਮੈਨੂੰ। ਬਟ ਤੁਹਾਡੇ 뮤직 ਵੀਡੀਓਜ਼ ਬਾਰੇ ਥੋੜ੍ਹਾ ਗੱਲ ਕਰੀਏ ਆਪਾਂ ਕਿ ਕਿੱਥੇ ਕਿੱਥੇ ਸ਼ੂਟਿੰਗ ਹੋ ਚੁੱਕੀ ਹੈ ਤੇ ਅੱਗੇ ਕੀ ਪਲਾਨ ਹੈਗਾ? ਜੀ, 뮤직 ਵੀਡੀਓਜ਼ ਤਾਂ ਆਫਕੋਰਸ ਹੁਣ ਇੱਧਰ ਆਏ ਅਮਰੀਕਾ ਤਾਂ ਫਿਰ ਥੋੜ੍ਹਾ ਜਿਹਾ, ਪਹਿਲਾਂ ਵੀ ਮੈਂ ਨਿਊਯਾਰਕ ਸ਼ੂਟ ਕੀਤਾ ਹਾਇਤੋਬਾ ਗਾਣਾ, ਅਤੇ ਉਹ ਸਾਰੇ ਨੇ ਬਹੁਤ ਪਸੰਦ ਕੀਤਾ, ਉਹਦੇ ਇੱਕ ਇੱਕ ਸ਼ਾਟ ਨੂੰ ਸਾਰੇ ਨੇ ਬਹੁਤ ਪਿਆਰ ਦਿੱਤਾ, ਅਤੇ ਹੁਣ ਮੇਰੀ ਕੋਸ਼ਿਸ਼ ਇਹੀ ਹੈ ਕਿ ਅਜੇ ਤੱਕ ਤਾਂ ਕੁਛ ਸ਼ੂਟ ਨਹੀਂ ਕੀਤਾ ਆਫਕੋਰਸ, ਬਟ ਮੈਂ ਕੁਛ ਨਾ ਕੁਛ ਕੈਲੀ ਵਾਈਬ 'ਚ ਸ਼ੂਟ ਕਰਕੇ ਜਾਊਂਗੀ ਕਿਉਂਕਿ ਮੈਨੂੰ ਥੋੜ੍ਹਾ ਸਿਨੇਮੈਟਿਕ ਜਿਹਾ ਲੱਗਦਾ, ਦੈਟ ਬਲੂ ਸਕਾਈ ਐਂਡ ਐਵਰੀਥਿੰਗ, ਇਟਸ ਵੈਰੀ ਨਾਈਸ। ਥੋੜਾ ਪਾਸੇ ਹੋ ਕੇ ਲੰਘ ਵੀਣੀ ਮੰਗਦੀ ਐ ਵੰਗ ਮੁੰਡਿਆ, ਫਿਰ ਲੈਣ ਨੂੰ ਤੂੰ ਨਾ ਆਪਾਂ ਕੋਈ ਪਾਏਗਾ ਸਿਆਪਾ ਤਾਂ ਹੀ ਛਿੜਦੀ ਐ ਖੰਗ ਮੁੰਡਿਆ, ਫਿਰ ਰਾਂਝਾ ਕਾ ਤੂੰ ਬਣਿਆ ਫਿਰ ਤੱਥ ਮੱਝੀਆਂ ਨੀ ਜਾਣੀਆਂ ਚਰਾਈਆਂ, ਫਿਰ ਨਖਰੋ ਨਾ ਲਾਈਆਂ ਅੱਖੀਆਂ, ਨਖਰੋ ਨਾ ਲਾਈਆਂ ਅੱਖੀਆਂ, ਫਿਰ ਕਹੇਗਾ ਰਾਸ ਨਹੀਂ ਆਈਆਂ, ਫਿਰ ਜੱਟੀ ਨੇ ਜੋ ਮਾਰਾ ਮਾਰਿਆ ਤੇ ਤੁਹਾਡੀ ਫਿਗਰ ਵੀ ਬਿਲਕੁਲ 뮤직 ਵੀਡੀਓ ਅਪਰੋਪ੍ਰੀਏਟ ਹੈਗੀ, ਤੇ ਥੋੜੀ ਆਪਣੀ ਡਾਈਟ ਬਾਰੇ ਵੀ ਦਰਸ਼ਕਾਂ ਨਾਲ ਤੇ ਆਪਣੇ ਫੈਨਸ ਨਾਲ ਜ਼ਿਕਰ ਕਰੋ ਵੀ ਕਿੱਦਾਂ ਮੇਨਟੇਨ ਕਰਦੇ ਹੈਗੇ। ਦੇਖੋ ਜੀ, ਸਾਰਿਆਂ ਨੂੰ ਪਤਾ ਕਿ ਮੈਂ ਬਹੁਤ ਜ਼ਿਆਦਾ ਮੋਟੀ ਹੁੰਦੀ ਸੀ, ਹੁਣ ਮੈਂ ਦੁਬਾਰਾ ਕੀ ਦੱਸਾਂ, ਅਤੇ ਆਫਕੋਰਸ ਥੋੜ੍ਹੀ ਡਾਈਟ ਮੇਨਟੇਨ ਕਰਨੀ ਪੈਂਦੀ ਹੈ ਐਂਡ ਜਿਮ ਐਕਟਿਵ ਰਹਿਣਾ ਪੈਂਦਾ, ਬਸ ਸਿਹਤ ਨੂੰ ਪਿਆਰ ਕਰੋ ਯਾਰ, ਯੂ ਲਵ ਯੋਰ ਬੋਡੀ ਵਿਲ ਲਵ ਯੂ ਬੈਕ, ਸੋ ਮੇਰਾ ਤਾਂ ਇਹੀ ਫੰਡਾ, ਮੈਂ ਬਾਕੀ ਜੋ ਖਾਂਦੇ ਉਹ ਨਹੀਂ ਖਾਂਦੀ, ਮੈਂ ਇੱਕ ਸਪੈਸ਼ਲ ਜਿਹੜੀ ਆਪਣੀ ਚੀਜ਼ਾਂ, ਬਟ ਇੱਦਾਂ ਵੀ ਕੋਈ ਚੱਕਰ ਨਹੀਂ ਹੈ ਕਿਉਂਕਿ ਮੈਂ ਫੂਡੀ ਹਾਂ, ਆਫਕੋਰਸ ਮੈਂ ਪੰਜਾਬੀ ਹਾਂ, ਅਤੇ ਜਦੋਂ ਜੀ ਕਰਦਾ ਹੈ, ਜਦੋਂ એનર્ਜੀ ਜੀ ਲੋਅ ਵੱਜਦੀ ਹੈ ਫਿਰ ਚੱਕ ਵੀ ਦਿੰਦੇ ਹਾਂ ਛੋਲੇ ਭਟੂਰੇ, ਇਹ ਉਹ ਸਾਰਾ ਕੁਝ, ਇੱਦਾਂ ਵੀ ਕੋਈ ਚੱਕਰ ਨਹੀਂ।
ਅੰਮ੍ਰਿਤ ਮਾਨ ਤੇ ਬੱਬੂ ਮਾਨ ਦੋਨਾਂ ਦੇ ਨਾਲ ਤੁਹਾਡੇ ਜਿਹੜੇ ਸੌਂਗਸ ਨੇ, ਮਿਊਜ਼ਿਕ ਵੀਡੀਓਜ਼ ਆਪਾਂ ਵੇਖੇ ਨੇ, ਉਹ ਕਾਫੀ ਹਿੱਟ ਨੇ, ਤੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੇ ਕਿੱਦਾਂ ਤੁਸੀਂ ਆਪਣਾ ਡੁਏਟ ਪਾਰਟਨਰ ਚੂਜ਼ ਕਰਦੇ ਹੋ? ਐਕਚੁਅਲੀ ਗਾਣੇ ਦਾ ਇੱਕ ਗਾਣਾ ਆਪ ਦੱਸ ਦਿੰਦਾ ਕਿ ਉਹਨੂੰ ਕਿੱਦਾਂ ਦੀ ਆਵਾਜ਼ ਚਾਹੀਦੀ ਆ, ਸੋ ਉਹ ਗਾਣਾ ਹੀ ਦੱਸਦਾ ਕਿ ਕਿਹੜੇ ਸਿੰਗਰ ਤੋਂ ਆਪਾਂ ਕਰਾ ਸਕਦੇ ਹਾਂ. ਸੋ ਮੈਨੂੰ ਲੱਗਦਾ ਕਿ ਅਫਕੋਰਸ ਬੱਬੂ ਬਾਈ ਨਾਲ ਤਾਂ ਕੰਮ ਕਰਨਾ ਇਟਸ ਲਾਈਕ ਅ ਡ੍ਰੀਮ, ਹੈ ਨਾ, ਕਿਉਂਕਿ ਬਹੁਤ ਟੈਲੈਂਟਡ ਆਰਟਿਸਟ ਨੇ ਐਂਡ ਮਿਊਜ਼ਿਕ ਦੀ ਬਹੁਤ ਵਧੀਆ ਸੈਂਸ ਆ ਉਹਨਾਂ ਨੂੰ. ਸੋ ਬਟ ਸਾਡੇ ਗਾਣੇ ਨੂੰ ਸਾਰਿਆਂ ਨੇ ਪਿਆਰ ਦਿੱਤਾ. ਹੁਣ ਸਾਡੇ ਹੋਰ ਵੀ ਕੋਲੈਬੋਰੇਸ਼ਨਸ ਅੱਗੇ ਆ ਰਹੇ ਆ ਜਿਹਦੇ ਵਿੱਚ ਨਵੇਂ ਨਵੇਂ ਗਾਣੇ, ਹਿੰਦੀ, ਪੰਜਾਬੀ. ਅਸੀਂ ਰੀਸੈਂਟਲੀ ਦੁਬਈ ਇੱਕ ਗਾਣਾ ਸ਼ੂਟ ਕੀਤਾ, ਸੋ ਤੁਸੀਂ ਸਾਰੇ ਸੁਣੋਗੇ ਆਉਣ ਵਾਲੇ ਟਾਈਮ 'ਚ, ਐਂਡ ਇਟਸ ਅ ਪਲੇਜ਼ਰ, ਵਧੀਆ ਲੱਗਦਾ ਮੈਨੂੰ ਅਫਕੋਰਸ. ਅਤੇ ਗਾਣੇ ਤੁਹਾਡੇ ਲਿਖਦਾ ਕੌਣ ਹੈਗਾ ਜੀ? ਵੱਖ ਵੱਖ ਰਾਈਟਰ ਹੁੰਦੇ ਆ. ਹੁਣ ਕਦੇ ਜਿੱਦਾਂ ਹੁਣ ਮੇਰਾ ਲੇਟੈਸਟ ਗਾਣਾ ਹੈਵੀ ਹੈਵੀ ਸ਼੍ਰੀ ਬਰਾੜ ਜੀ ਨੇ ਲਿਖਿਆ, ਅਤੇ ਮਤਲਬ ਡਿਫਰੈਂਟ ਡਿਫਰੈਂਟ ਰਾਈਟਰਸ ਹੁੰਦੇ ਆ ਅਫਕੋਰਸ. ਤੇ ਤੁਹਾਡਾ ਜਿਹੜਾ ਸੌਂਗ ਸੀ ਰੋਮਾਂਟਿਕ ਰਾਜਾ, ਓ ਮਾਈ ਗੋਡ, ਓਕੇ, ਉਹਦੇ ਬਾਰੇ ਕੁਝ ਦੱਸੋ ਵੀ ਮੇਕਿੰਗ ਆਫ ਦਾ ਸੌਂਗ ਕਿੱਦਾਂ ਦਾ ਸੀ? ਪਹਿਲੀ ਗੱਲ ਤਾਂ ਕਿ ਹਿੰਦੀ ਗਾਣਾ, ਤੇ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ, ਵਧੀਆ ਸੀ, ਕਿਉਂਕਿ ਜਿੱਦਾਂ ਜਿਹੜੇ ਕੋਲੈਬੋਰੇਸ਼ਨਸ ਹੁੰਦੀ ਹੈ ਉਹ ਬੇਸਿਕਲੀ ਹੁੰਦੀ ਹੈ ਕਿ ਦੋ ਵੱਖ ਵੱਖ ਆਰਟਿਸਟ ਜਦੋਂ ਮਿਲ ਕੇ ਕੋਈ ਚੀਜ਼ ਬਣਾਉਂਦੇ ਆ ਤਾਂ ਸਾਰੀ ਆਡੀਅੰਸ ਉਹਨੂੰ ਕਵਰ ਕਰਦੀ ਹੈ, ਸਾਰੇ ਉਹਨੂੰ ਪਿਆਰ ਕਰਦੇ ਆ. ਸੋ ਕਿਸਾਰੀ ਲਾਲ ਦੇ ਨਾਲ ਕੰਮ ਕਰਨ ਦਾ ਇਹੀ ਮੇਰਾ ਰੀਜ਼ਨ ਸੀ ਕਿ ਉੱਧਰਲੀ ਜਿਹੜੇ ਸਾਡੇ ਭਾਈ ਬੰਧੂ ਹੈਗੇ ਆ, ਹੈ ਨਾ, ਅਤੇ ਉਹਨਾਂ ਨੂੰ ਵੀ ਆਪਣੇ ਨਾਲ ਜੋੜੀਏ, ਉਹਨਾਂ ਦੇ ਮਿਊਜ਼ਿਕ ਅਤੇ ਸਾਡੇ ਮਿਊਜ਼ਿਕ ਨੂੰ ਮਿਲਾ ਕੇ ਕੋਈ ਵਧੀਆ ਚੀਜ਼ ਬਣ ਸਕੇ. ਸੋ ਆਪਾਂ ਰੋਮਾਂਟਿਕ ਗਾਣਾ, ਰੋਮਾਂਟਿਕ ਰਾਜਾ ਗਾਣਾ ਫਿਰ ਉਦੋਂ ਬਣਾਇਆ. ਅਠਰਾ ਕੇ ਬਾਦ ਲਗੀ ਦਿਲ ਮੇ ਐਸੀ ਆਗ ਲਗੀ ਦੇਖਾ ਸਪਨੇ ਮੈਂ ਤੁਝੇ ਮੈਂ ਤੋ ਸਾਰੀ ਰਾਤ ਜਗੀ ਮੁਝਕੋ ਤੇਰੀ ਪਿਆਸ ਲਗੀ ਆਜਾ ਘਰ ਪੇ ਤੂੰ ਬਸੀ ਅਭੀ ਇੱਕ ਪਲ ਵੀ ਨਾ ਕੱਟੇ ਲਗਨ ਲਗੀ ਰਾਤ ਬੜੀ ਰੇਡੀ ਸ਼ੇਡੀ ਹੋਨੇ ਮੇ ਟਾਈਮ ਤੋ ਲਗੇ ਹੈ ਵਿੱਚ ਕਰ ਪਾਉਂਗਾ ਨਾ ਤੇਰਾ ਲਬ ਮੈਂ ਜ਼ਿਆਦਾ ਬਸੀ ਆਜਾ ਮੇਰੇ ਫੰਟਾਸਟਿਕ ਰਾਧਾ ਮੈਂ ਤੇ ਫਿਲਮਾਂ 'ਚ ਐਕਟਿੰਗ ਬਾਰੇ ਤੁਹਾਡਾ ਕੀ ਖਿਆਲ ਹੈ? ਮੇਰਾ ਅਜੇ ਤਾਂ ਕੋਈ ਖਿਆਲ ਨਹੀਂ ਹੈ, ਤੁਸੀਂ ਬਣਾਓ. ਵੀ ਦੇਖੋ ਪੰਜਾਬ ਦੇ ਕਾਫੀ ਸਿੰਗਰ ਤੁਹਾਨੂੰ ਪਤਾ, ਲੀਡਿੰਗ ਸਿੰਗਰਸ, ਭਾਵੇਂ ਤੁਸੀਂ ਟੌਪ ਤੋਂ ਜੇ ਆਪਾਂ ਚੱਲੀਏ, ਯੂ ਨੋ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਸਾਰੇ ਬੋਲੀਵੁੱਡ ਕੇ ਬੋਲੀਵੁੱਡ ਐਕਟਰ ਵੀ ਆਈ ਮੀਨ ਬਣ ਚੁੱਕੇ ਨੇ ਜਾਂ ਉਸ ਪਾਸ ਤੇ ਚੱਲ ਰਹੇ ਨੇ, ਤੇ ਤੁਸੀਂ ਗੁੱਡ ਲੁਕਿੰਗ ਵੀ ਹੋ, ਤੁਹਾਡਾ ਫਿਗਰ ਵੀ ਵਧੀਆ ਹੈ, ਤੇ ਵਾਈ ਨੋਟ. ਦੇਖੋ ਫਿਲਮਾਂ ਇਜ਼ ਗੁੱਡ, ਫਿਲਮਾਂ ਇੱਕ ਹਿੱਸਾ ਨੇ, ਮਤਲਬ ਇੱਦਾਂ ਨਹੀਂ ਹੈ ਕਿ ਫਿਲਮ ਕਰੂੰਗੀ ਤਾਂ ਪਤਾ ਨਹੀਂ ਦੁਨੀਆ 'ਚ ਕੀ ਹੋ ਜੂਗਾ, ਮੇਰੀ ਕੋਈ ਇੱਦਾਂ ਦੀ ਫੀਲਿੰਗ ਨਹੀਂ ਹੈ. ਮੈਂ ਆਪਣੇ ਗਾਣੇ ਕਰਕੇ ਬਹੁਤ ਖੁਸ਼ ਹਾਂ, ਲੋਕ ਮੈਂ ਜੋ ਜਾਣਦੀ ਹਾਂ, ਮੈਂ ਗਾਉਣਾ ਜਾਣਦੀ ਹਾਂ, ਲੋਕ ਉਹਦੇ ਕਰਕੇ ਮੈਨੂੰ ਪਿਆਰ ਕਰਦੇ ਆ. ਸੋ ਮੈਨੂੰ ਇੱਦਾਂ ਕੋਈ ਫਿਲਮ ਕਰਨ ਤੋਂ ਐਲਰਜੀ ਨਹੀਂ ਹੈ, ਬਟ ਇੱਦਾਂ ਵੀ ਕੋਈ ਹੈ ਨਹੀਂ ਕਿ ਫਿਲਮ ਕਰੂੰਗੀ ਤਾਂ ਪਤਾ ਨਹੀਂ ਕੀ ਹੋ ਜੂਗਾ, ਬਟ ਐਜ਼ ਸੂਨ ਐਜ਼ ਮਤਲਬ ਐਜ਼ ਫਾਰ ਐਜ਼ ਕੋਈ ਵਧੀਆ ਕੋਨਸੈਪਟ ਹੋਵੇ, ਕੋਈ ਮੇਰੇ ਕੋਈ ਐਕਟ ਕਰਨ ਨਾਲ ਸੋਸਾਇਟੀ ਨੂੰ ਕੋਈ ਫਾਇਦਾ ਹੋਵੇ, ਕੋਈ ਮੁੱਦਾ ਇੱਦਾਂ ਦਾ ਹੋਵੇ, ਤਾਂ ਆਈ ਵੁੱਡ ਲਵ ਟੂ ਡੂ ਦੈਟ. ਕੋਈ ਕੋਈ ਸੈਂਸ ਵਾਲਾ ਸਿਨੇਮਾ ਹੋਵੇ ਤਾਂ ਮੈਨੂੰ ਵਧੀਆ ਲੱਗੂਗਾ ਕਿ ਮੈਂ ਕਰੂੰਗੀ.
ਤੁਸੀਂ ਹੱਸਦੇ ਹੋ ਤੇ ਫੁੱਲ ਖਿੜਦੇ ਨੇ ਤੇ ਤੁਹਾਡਾ ਜਿਹੜਾ ਸੌਂਗ ਸੀ ਹਾਸੇ ਮੇਰੇ ਤੇ ਤੁਹਾਡੀ ਜਿਹੜੀ ਲਵਲੀ ਸਮਾਈਲ ਹੈ ਮੈਨੂੰ ਕਾਫੀ ਉਹਦੇ ਵਿੱਚ ਕੋਰਿਲੇਸ਼ਨ ਮਹਿਸੂਸ ਹੁੰਦਾ ਹੈ ਤੇ ਤੁਹਾਡਾ ਕੀ ਮੰਨਣਾ ਹੈ? ਹਾਸੇ ਮੇਰੇ ਪਹਿਲਾ ਗਾਣਾ ਸੀ ਜਿਹੜਾ ਮੈਂ ਆਪਣੀ ਲਾਈਫ ਦਾ ਲਿਖਿਆ ਸੀ ਤੇ ਮੈਂ ਉਹ ਲਿਖਿਆ ਵੀ ਆਪ ਹੈ ਲਿਖਿਆ ਤੇ ਕੰਪੋਜ਼ ਕੀ ਇਨਸਪੀਰੇਸ਼ਨ ਹੈ? ਪੁਰਾਣੀ ਆਸ਼ਕੀ। ਵੈਰੀ ਨਾਈਸ, ਦੈਟ ਇਜ਼ ਸੋ ਟਰੂਥਫੁਲ। ਯਾ ਐਕਚੁਅਲੀ ਰਾਈਟਿੰਗ ਰਾਈਟਰਸ ਮੈਨੂੰ ਲੱਗਦਾ ਕਿ ਜੋ ਦੇਖਦੇ ਆ, ਜੋ ਮਹਿਸੂਸ ਕਰਦੇ ਆ, ਉਹੀ ਆਪਣੇ ਗਾਣਿਆਂ 'ਚ ਲਿਖਦੇ ਆ। ਮੈਂ ਹੋਰ ਵੀ ਗਾਣੇ ਲਿਖੇ ਆ, ਹੋਰ ਲਿਖੇ ਹੋਏ ਗਾਣੇ ਮੇਰੇ ਮੈਂ ਰਿਲੀਜ਼ ਵੀ ਕਰੂੰਗੀ, ਬਟ ਮੈਨੂੰ ਹਜੇ ਓਨਾ ਕੌਨਫੀਡੈਂਸ ਨਹੀਂ ਐਜ਼ ਅ ਰਾਈਟਰ ਆਪਣੇ ਆਪ 'ਤੇ। ਸੋ ਹਾਸੇ ਮੇਰੇ ਪਹਿਲਾ ਗਾਣਾ ਸੀ ਜਿਹੜਾ ਮੈਂ ਲਿਖ ਕੇ ਬਸ ਇੱਦਾਂ ਹੀ ਇੰਸਟਾਗ੍ਰਾਮ 'ਤੇ ਪਾਤਾ ਸੀ। ਵਾਓ, ਵੈਰੀ ਨਾਈਸ। ਅਤੇ ਸਾਰਿਆਂ ਵਾਸਤੇ, ਕਿਉਂਕਿ ਸਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ ਕੋਲੋਂ ਆਪਣੀ ਸਕਸੈਸ ਬਣਾਉਣਾ ਚਾਹੁੰਦੇ ਨੇ, ਯੂ ਨੋ ਯੂਟਿਊਬ ਦੇ ਵਿਊਜ਼ ਦੀ ਵੀ ਕਾਫੀ ਇੰਪੋਰਟੈਂਸ ਹੈਗੀ, ਅਤੇ ਯੂ ਨੋ ਇੰਸਟਾ 'ਤੇ ਜਾਂ ਕੋਈ ਵੀ ਤੁਸੀਂ ਛੋਟਾ ਕਲਿੱਪ ਪਾਓ, ਫੋਟੋ ਪਾਓ, ਉਹਦਾ ਮਤਲਬ ਮੈਜ਼ਰ ਇਹ ਹੋ ਗਿਆ ਕਿ ਤੁਹਾਡੇ ਕਿੰਨੇ ਲਾਈਕਸ ਆਏ। ਇਹ ਆਪਣੇ ਆਪ ਵਿੱਚ ਇੱਕ ਚੰਗੀ ਗੱਲ ਵੀ ਹੈ ਅਤੇ ਇਹਦੇ ਨੈਗੇਟਿਵ ਇਨਫਲੂਐਂਸ ਵੀ, ਇਹਦੇ ਨੈਗੇਟਿਵ ਇੰਪੈਕਟ ਵੀ ਹੈ ਸੋਸਾਇਟੀ ਦੇ ਵਿੱਚ। ਅਤੇ ਤੁਹਾਡਾ ਕੀ ਮੰਨਣਾ ਹੈ, ਸੋਸ਼ਲ ਮੀਡੀਆ ਦੇ ਜਿਹੜੇ ਲਾਈਕਸ ਅਤੇ ਵਿਊਜ਼ ਨੇ ਉਹ ਕਿੰਨਾ ਇੰਪੋਰਟੈਂਸ ਰੱਖਦੇ ਨੇ ਤੁਹਾਡੇ ਵਾਸਤੇ? ਇੰਪੋਰਟੈਂਸ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇੰਸਟਾਗ੍ਰਾਮ 'ਤੇ ਬਹੁਤ ਵੱਡੇ ਸਟਾਰ ਹੁੰਦੇ ਆ, ਪਰ ਆਮ ਜ਼ਿੰਦਗੀ 'ਚ ਉਹਨਾਂ ਨੂੰ ਕੋਈ ਵੀ ਪਿਆਰ ਨਹੀਂ ਕਰਦਾ। ਸੋ ਇੱਕ ਸੋਸ਼ਲ ਲਾਈਫ ਜੀ ਆਪਾਂ ਆਪ ਹੀ ਹਾਈਪ ਕਰਕੇ ਬਣਾ ਲਈ, ਐਡੀ ਵੀ ਕੋਈ ਗੱਲ ਹੈ ਨਹੀਂ। ਮੇਨ ਗੱਲ ਇਹ ਹੁੰਦੀ ਹੈ ਕਿ ਤੁਸੀਂ ਲੋਕਾਂ ਦੇ ਦਿਲਾਂ ਨਾਲ ਕਿੰਨੇ ਕੁ ਜੁੜੇ ਹੋ, ਸੋ ਉਹ ਮੇਜਰ ਗੱਲ ਹੈ। ਉਹ ਸੋਸ਼ਲ ਮੀਡੀਆ ਦੇ ਲਾਈਕਸ ਇਹ ਡਿਸਾਈਡ ਨਹੀਂ ਕਰਨਗੇ ਕਿ ਤੁਸੀਂ ਕਿੰਨਾ ਕੰਮ ਕਰਦੇ ਹੋ, ਉਹ ਹੋਣਾ ਵਧੀਆ ਗੱਲ ਹੈ, ਬਿਕੋਜ਼ ਇਟਸ ਅ ਮੀਡੀਅਮ, ਸਿਰਫ ਆਪਣੇ ਫੈਨ ਨੂੰ ਤੁਸੀਂ ਆਪਣਾ ਮੈਸੇਜ ਦਿਓ। ਬਟ ਜਿਹੜੇ ਲੋਕ ਉਹਦਾ ਮਿਸਯੂਜ਼ ਕਰਦੇ ਆ, ਜਿਹੜੇ ਕੁਛ ਵੀ ਪਾਉਂਦੇ ਆ, ਐਂਡ ਯੂ ਨੋ ਕੀ ਹੋ ਰਿਹਾ ਸੋਸ਼ਲ ਮੀਡੀਆ 'ਤੇ, ਦੈਟਸ ਬੈਡ। ਆਈ ਥਿੰਕ ਆਪਾਂ ਨੂੰ ਉਹ ਨਹੀਂ ਕਰਨਾ ਚਾਹੀਦਾ। ਇੱਕ ਮੀਡੀਅਮ ਹੈ ਲੋਕਾਂ ਤੱਕ ਅਵੇਅਰਨੈਸ ਫੈਲਾਉਣ ਦਾ, ਅਵੇਅਰਨੈਸ ਫੈਲਾਓ ਐਜ਼ ਐਨ ਆਰਟਿਸਟ, ਐਂਡ ਬਾਕੀ ਲੋਕਾਂ ਦੇ ਦਿਲਾਂ 'ਤੇ ਰਾਜ ਕਰੋ ਯਾਰ, ਸੋਸ਼ਲ ਮੀਡੀਆ ਤਾਂ ਠੀਕ ਹੈ। ਬਿਲਕੁਲ, ਸਾਡੇ ਦਿਲ 'ਤੇ ਤੁਸੀਂ ਡੈਫੀਨੇਟਲੀ ਰਾਜ ਕਰ ਰਹੇ ਹੋ, ਅਤੇ ਬੇਰੀਆ ਦੀ ਆਡੀਅੰਸ, ਦੇ ਆਰ ਸੋ ਐਕਸਾਈਟਿਡ ਅਬਾਊਟ ਸ਼ਿਪਰਾ ਗੋਇਲ ਬੀਇੰਗ ਇਨ ਬੇਰੀਆ ਐਂਡ ਪਰਫੋਰਮਿੰਗ ਲਾਈਵ। ਅਤੇ ਤੁਸੀਂ ਇਹਨਾਂ ਦਾ ਸ਼ੋਅ ਦੇ ਰੰਗ ਜ਼ਰੂਰ ਆਜ਼ਮਾਓਗੇ। ਅਤੇ ਸ਼ਿਪਰਾ ਜੀ, ਦੋ ਲਾਈਨਾਂ ਸਾਡੇ ਵਿਊਅਰਸ ਵਾਸਤੇ ਵੀ ਪਲੀਜ਼। ਬਿਲਕੁਲ, ਇਹੀ ਕਹਿਣਾ ਚਾਹੂੰਗੀ ਕਿ ਸਾਡਾ ਅਮੈਰੀਕਾ ਟੂਰ ਸਟਾਰਟ ਹੋ ਚੁੱਕਿਆ ਹੈ, ਹੁਣ July 9 ਤੱਕ, 8-9 ਤਰੀਕ ਤੱਕ ਇਹ ਟੂਰ ਚੱਲਣਾ ਹੈ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗੀ ਕਿ ਮੇਰੇ ਜਿੰਨੇ ਵੀ ਫੈਨਸ ਅਮੈਰੀਕਾ ਦੇ ਵਿੱਚ ਹੈਗੇ ਆ, ਸਾਰੇ ਟਾਈਮ ਕੱਢੋ ਅਤੇ ਸ਼ੋਆਂ 'ਤੇ ਪਹੁੰਚੋ, ਐਂਡ ਮੈਂ ਬਹੁਤ ਖੁਸ਼ੀ ਹੋਊਗੀ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਦੋ ਲਾਈਨਾਂ ਪਲੀਜ਼ ਗਾਓ ਸਾਡੇ ਵਾਸਤੇ। ਔਖਾ ਨਾ ਕਿਤੇ ਕਰੇ ਮੁੰਡਿਆ, ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ, ਔਖਾ ਨਾ ਕਿਤੇ ਕਰੇ ਮੁੰਡਿਆ, ਉਹ ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ।